ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜਸਮੀਤ ਪਾਟੀਆ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਸੋ ਅੱਜ ਬਹੁਤ ਹੀ ਖਾਸ ਗੱਲ ਕਰਾਂਗੇ AIP ਬਾਰੇ ਸੋ ਜਿਵੇਂ ਕਿ ਸਟੂਡੈਂਟਸ ਨੂੰ ਪਤਾ ਹੀ ਹੋਣਾ ਹੈ ਕਿ AIP ਕਿਹੜੇ ਕਿਹੜੇ ਸਟੂਡੈਂਟਸ ਦੇ ਆ ਰਹੇ ਹੈ ਔਰ ਬਹੁਤ ਹੀ ਵੱਡੇ ਪੱਧਰ ਤੇ AIPs ਇਸ਼ੂ ਹੋ ਰਹੇ ਨੇ ਸੋ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਸਟੂਡੈਂਟਸ ਨੇ ਨੌਨ SDS ਵਿੱਚ ਆਪਣੀਆਂ ਫਾਈਲਾਂ ਲਾਈਆਂ ਸੀ ਮਤਲਬ ਜਿਹੜੇ ਸਟੂਡੈਂਟਸ ਨੇ PTE ਕੀਤੀ ਸੀ ਇੱਕ ਮੋਡਿਊਲ 'ਚ 5.5 ਬੈਂਡ ਹੈ ਜਾਂ ਸਕੋਰ ਘੱਟ ਸੀ ਔਰ ਨੌਨ SDS ਵਿੱਚ ਆਪਣੀਆਂ ਫਾਈਲਾਂ ਲੌਂਚ ਕੀਤੀਆਂ ਸੀ ਉਹਨਾਂ ਨੂੰ ਕੈਨੇਡਾ ਗਵਰਨਮੈਂਟ ਵੱਲੋਂ ਬਹੁਤ ਹੀ ਹੁੰਗਾਰਾ ਮਿਲ ਰਿਹਾ ਬਹੁਤ ਪੋਜ਼ਿਟਿਵ ਰਿਜ਼ਲਟਸ ਮਿਲ ਰਹੇ ਨੇ ਔਰ ਸਟੂਡੈਂਟਸ ਨੂੰ AIPs ਮੈਂ ਕਹਾਂਗਾ ਧੜਾ ਧੜ ਮਿਲ ਰਹੇ ਨੇ ਸੋ ਜੇ ਤੁਸੀਂ ਸਾਡਾ ਫੇਸਬੁੱਕ ਪੇਜ ਦੇਖੋ ਔਰ ਜੇ ਤੁਸੀਂ ਟੈਸਟੀਮੋਨੀਅਲਸ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਔਰ AIP ਆਪਣੇ ਆਪ ਦੇਖ ਸਕਦੇ ਹੋ ਕਿ ਉਹਨਾਂ ਦੀ ਪ੍ਰੋਫਾਈਲ ਵੀ ਦੇਖ ਸਕਦੇ ਹੋ ਕਿ ਕਿਹੜੀ ਪ੍ਰੋਫਾਈਲ 'ਤੇ AIPs ਮਿਲ ਰਹੇ ਨੇ ਸੋ ਸਟੂਡੈਂਟਸ ਨੂੰ ਮੈਂ ਦੱਸਣਾ ਚਾਹਾਂਗਾ ਕਿ ਇੱਕ ਮੋਡਿਊਲ 'ਚ 5.5 ਬੈਂਡ ਅਤੇ AIPs ਆ ਰਹੇ ਨੇ ਬਹੁਤ ਵੱਡੇ ਪੱਧਰ 'ਤੇ 2015 'ਚ BBA ਕੀਤੀ ਹੈ 3 ਸਾਲ ਦਾ ਐਕਸਪੀਰੀਅੰਸ ਹੈ ਸਟੂਡੈਂਟ ਨੂੰ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ 'ਚ AIP ਮਿਲਿਆ 2013 'ਚ ਗ੍ਰੈਜੂਏਸ਼ਨ ਕੀਤੀ 7 ਸਾਲ ਦਾ ਐਕਸਪੀਰੀਅੰਸ ਸੀ ਸਟੂਡੈਂਟ ਨੂੰ ਮਾਸਟਰਸ ਵਿੱਚ AIP ਮਿਲਿਆ ਸੋ ਹੋਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਫਾਈਲਸ ਹੈਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਜਿਨ੍ਹਾਂ ਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲ ਰਹੇ ਨੇ ਸੋ ਸਟੂਡੈਂਟਸ ਜਿਨ੍ਹਾਂ ਨੇ ਵੀ ਆਪਣੀਆਂ ਫਾਈਲਾਂ ਲੌਂਚ ਕੀਤੀਆਂ ਹੋਈਆਂ ਸਪਟੈਂਬਰ ਇਨਟੇਕ ਦੇ LOA ਦੇ ਨਾਲ ਜਿਵੇਂ ਕਿ IRCC ਦੇ ਵੈਬੀਨਾਰ 'ਚ ਜਾਂ ਕੈਨੇਡਾ ਹਾਈ ਕਮਿਸ਼ਨ ਨੇ ਕਲੀਅਰ ਕਰਤਾ ਸੀ ਕਿ ਸਟੂਡੈਂਟਸ ਨੂੰ ਸਾਰੇ ਹੀ ਸਟੂਡੈਂਟਸ ਨੂੰ AIP ਦਿੱਤੇ ਜਾਣਗੇ 15 ਸਪਤੰਬਰ ਤੋਂ ਪਹਿਲਾਂ ਸੋ ਪੈਨਿਕ ਨਾ ਕਰੋ ਪੇਸ਼ੈਂਸ ਰਹੋ AIP ਜ਼ਰੂਰ ਮਿਲਣਗੇ ਔਰ ਸਾਡੀ ਉਮੀਦ ਹੈ ਕਿ ਬਹੁਤ ਵੱਡੇ ਪੱਧਰ 'ਤੇ AIP ਮਿਲਣਗੇ ਹੁਣ ਗੱਲ ਕਰਦੇ ਹਾਂ PTE ਵਾਲੇ ਸਟੂਡੈਂਟਸ ਦੀ ਪੀਅਰਸਨ ਟੈਸਟ ਆਫ ਇੰਗਲਿਸ਼ ਸਟੂਡੈਂਟਸ ਵਿਦ PTE ਉਹਨਾਂ ਦੇ ਵੀ AIP ਆ ਰਹੇ ਹਨ PTE 54 'ਤੇ AIP ਆਇਆ PTE 58 'ਤੇ AIP ਆਇਆ PTE 59 'ਤੇ AIP ਆਇਆ ਸੋ PTE ਵਾਲੇ ਸਟੂਡੈਂਟਸ ਨੂੰ AIP ਮਿਲ ਰਹੇ ਹੈ ਤਾਂ ਸਟੂਡੈਂਟਸ ਤੁਸੀਂ ਦੇਖ ਸਕਦੇ ਹੋ ਕਿ PTE ਇਜ਼ ਐਕਸੈਪਟੇਬਲ ਦੈਟ ਇਜ਼ ਵਾਈ AIPs ਆਰ ਕਮਿੰਗ ਸੋ AIP ਸਟੂਡੈਂਟਸ ਨੂੰ ਮਿਲ ਰਿਹਾ ਬਟ ਆਪਾਂ ਨੂੰ ਇਹ ਸਮਝਣਾ ਹੈ ਕਿ ਔਨਲਾਈਨ ਕਲਾਸਾਂ ਲਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਸਪਟੈਂਬਰ ਇਨਟੇਕ ਦੀਆਂ ਕਿਉਂਕਿ ਜੈਨੂਇਨ ਇੰਟੈਂਟ ਸਟੂਡੈਂਟ ਦਾ ਤਾਂ ਹੀ ਸ਼ੋਅ ਹੋਏਗਾ ਜੇ ਤੁਸੀਂ ਔਨਲਾਈਨ ਕਲਾਸਾਂ ਲਾਓਗੇ ਜੇ ਤੁਸੀਂ ਔਨਲਾਈਨ ਕਲਾਸਿਸ ਨਹੀਂ ਲਗਾਓਗੇ ਤਾਂ ਮੈਨੂੰ ਲੱਗਦਾ ਨੈਗੇਟਿਵ ਇਫੈਕਟ ਹੋ ਸਕਦਾ ਤੁਹਾਡੀ ਪ੍ਰੋਫਾਈਲ 'ਤੇ ਤੁਹਾਡੇ ਸੈਕਿੰਡ ਸਟੇਜ 'ਤੇ ਵੀ ਕੁਛ ਨਾ ਕੁਛ ਨੈਗੇਟਿਵ ਇਫੈਕਟ ਹੋ ਸਕਦਾ ਸੋ ਮੇਰੀ ਰਿਕੁਐਸਟ ਹੈ ਜਿੰਨੇ ਵੀ ਸਟੂਡੈਂਟਸ ਨੂੰ ਅਪਰੂਵਲ ਇਨ ਪ੍ਰਿੰਸੀਪਲਸ ਮਿਲ ਰਹੇ ਨੇ ਉਹਨਾਂ ਸਾਰਿਆਂ ਨੂੰ ਹੀ ਕਿ ਤੁਸੀਂ ਆਪਣੀਆਂ ਔਨਲਾਈਨ ਕਲਾਸਿਸ ਜ਼ਰੂਰ ਲਗਾਓ ਚਾਹੇ ਤੁਸੀਂ ਆਪਣਾ ਕੇਸ ਲੈਂਡਮਾਰਕ ਤੋਂ ਲਵਾਇਆ ਜਾਂ ਕਿਸੇ ਹੋਰ ਕੰਸਲਟੈਂਟ ਤੋਂ ਲਾਇਆ ਤੁਸੀਂ ਆਪਣੀਆਂ ਔਨਲਾਈਨ ਕਲਾਸਿਸ ਜ਼ਰੂਰ ਲਗਾਓ ਆਉਣ ਵਾਲੇ ਇਨਟੇਕਸ ਲਈ ਅਪਲਾਈ ਕਰਨ ਲਈ ਜਨਵਰੀ ਮੇ ਜਾਂ ਸਪਟੈਂਬਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 9004139412 'ਤੇ ਈਮੇਲ ਕਰ ਸਕਦੇ ਹੋ info@landmarkimmigration.com ਸੋ ਬਹੁਤ ਬਹੁਤ ਧੰਨਵਾਦ